मामला है फगवाड़ा नजदीक पिंड नरूड़ दा, जिथे कि एक दुकानदार अते उसके परिवारिक मैंबरां ने उन्हां दी दुकान दे नाल रहिंदे नौजवान जो कि दिमागी तौर ते परेशान है दे उपर उन्हां दी दुकान ते इट्टा रोड़े मारन ते ग्राहकां नाल गाली गलोच करन दे दोष लगाए हन। इस संबंधी पिंड दे सरपंच सुरजीत सिंह दी अगवाई विच पंचायत मैंबरां दुकानदार ते उसके परिवारिक मैंबरां दा इक वफद SDM फगवाड़ा शायरी मल्होत्रा नूं मिलिया। दुकानदार परमजीत सिंह ते उसके परिवारिक मैंबरां ने दस्सिया कि उह 2007 तों नरूर च दुकान कर रहे हन ते 2008-09 च नाल दे पिंड बघाणा दे सरूप सिंह नां दे व्यक्ति ने उन्हां दी दुकान दे नाल मकान लिया सी, जिसका लड़का गुरप्रीत सिंह दिमागी तौर पर परेशान है ते उसका मेंटल होने का सर्टिफिकेट भी बनिया हुआ है। उसनू पहला भी SDM के हुक्मां ते हस्पताल दाखिल करवाया गया सी, जो कि 6 महीने उत्थे रहा, जिस तो बाद उसकी माता मनजीत कौर इसनू हस्पताल तो छुड़ा के ले आई सी ते पिंड विच आउण तो बाद इसने फिर उही हरकतां शुरू कर दित्तियां हन, जो कि ना सिर्फ उन्हां दी दुकान ते इट्टा रोड़े मारदा है बल्कि हर समय लोकां नूं परेशान करदा रहिंदा है ते अजिही मंदी भाषा दी वरतों करदा है जो सुणी योग नहीं हुंदी है। ਇਹ ਨੌਜਵਾਨ ਲੜਕੀਆਂ ਔਰਤਾਂ ਅਤੇ ਛੋਟੇ ਛੋਟੇ ਬੱਚਿਆਂ ਦੇ ਪਿੱਛੇ ਦੌੜਦਾ ਹੈ ਜੋ ਕਿ ਉਹਨਾਂ ਨਾਲ ਗਾਲੀ ਗਲੋਚ ਵੀ ਕਰਦਾ ਹੈ। ਪਰਮਜੀਤ ਸਿੰਘ ਮੁਤਾਬਕ ਗੁਰਪ੍ਰੀਤ ਸਿੰਘ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਵੱਲੋਂ ਕੀਤੀ ਜਾਂਦੀ ਭੰਨ ਤੋੜ ਵਿੱਚ ਇਸਦੀ ਮਾਤਾ ਵੀ ਇਸਦਾ ਸਾਥ ਦਿੰਦੀ ਹੈ। ਦੁਕਾਨ ਦੇ ਦਰਵਾਜ਼ੇ ਤੇ ਲੱਤਾ ਮਾਦੇ ਦੀ ਵੀਡੀਓ ਦੁਕਾਨ ਦੇ ਨਾਲ ਲੱਗੇ CCTV ਕੈਮਰਿਆਂ 'ਚ ਕੈਦ ਹੋ ਗਈ, ਜੋ ਕਿ ਪਰਮਜੀਤ ਸਿੰਘ ਨੇ ਮੁਹੱਈਆ ਕਰਵਾਈ ਹੈ। इस संबंधी पंचायत मैंबरां परमजीत सिंह अते उसके परिवारिक मैंबरां ने एक मंग पत्र SDM फगवाड़ा नूं दिंदिया गुरप्रीत सिंह नूं पक्के तौर ते मैंटल होस्पिटल दाखिल करवाउण दी मांग कीती। हांजी, शॉप है मेरी इन्हां दे जिहड़े घर दे कोल, ते जिहदा हर दिन 24 घंटे जां कस्टमर कोई भी जणकी आले दुआले दा आउंदा, बहुत गंदे जणकी गालां कढ़दा आ, ओह करो जणकी बहुत ज़्यादा ही गंदे शब्द वरतदा हर वेले 24 घंटे, गाली तां पूरा दिने उहनूं दिन रात देई जाणी। ਹੁਣ ਕਿ ਰਾਤਾਂ ਨੂੰ 11:30 ਆ ਕੇ ਵੀ ਦਰਵਾਜ਼ੇ ਭੰਨਦਾ ਆ, ਇੰਨਾ ਜਾਣੀ ਕਿ ਤੰਗ ਪਰੇਸ਼ਾਨ ਹੈ ਕਿ ਬੱਚਿਆਂ ਨੂੰ ਵੀ ਖਤਰਾ ਆ, ਇਸ ਤੋਂ ਵੀ ਇਕੱਲੇ ਨਹੀਂ ਅਸੀਂ ਛੱਡ ਸਕਦੇ ਵੀ ਕਿਸ ਵੇਲੇ ਇਹਨਾਂ ਜਾਣੀ ਕਿ ਇਹ ਹਰਕਤ ਕਰਦੇ। ਗੁਰਪ੍ਰੀਤ ਅਤੇ ਉਹ ਕਿਹੜੇ ਪਿੰਡ ਤੋਂ? ਆਪਾਂ ਬਘਾਣੇ ਤੋਂ ਆ ਕੇ ਇਹ ਰਹਿੰਦੇ ਆ ਨਰੂੜ, ਇਹਨਾਂ ਨੇ ਜਾਣੀ ਕਿ ਜਗ੍ਹਾ ਲਈ ਆ, ਪਰ ਇਸ ਕਾਬਲ ਨਹੀਂ ਹੈਗਾ ਕਿ ਇਹ ਪਿੰਡ ਦੇ ਵਿੱਚ ਰੱਖਿਆ ਜਾ ਸਕੇ। 9 ਸਾਲ ਹੋ ਗਏ ਜਿੱਦਾਂ ਇਸੇ ਕਦੇ ਕਿਤੇ ਬਸ ਇਹਦਾ ਭੇਜਿਆ ਸੀ ਪਿਛਲੀ ਵਾਰੀ ਵੀ ਇਹਨੂੰ SDM ਸਾਹਿਬ ਦੇ, ਜਾਣੀ ਕਿ 6 ਮਹੀਨੇ ਇਹਨਾਂ ਦੀ ਮਦਰ ਜਾ ਕੇ ਲੈ ਆਉਂਦੀ ਹੈ, ਉਹ ਵੀ ਹੈਲਪ ਕਰਦੀ ਹੈ, ਕੈਮਰੇ ਤੋੜਦਾ ਆ ਕੇ ਭੰਨਦਾ, ਵੀਡੀਓ ਹੈਗੀਆਂ ਜਿਹੜੀਆਂ ਉਹਦੀ ਮਾਂ ਸਮਾਨ ਫੜਾਉਂਦੀ ਹੈ, ਦਿੰਦੀ ਹੈ ਇੱਦਾਂ ਪੌੜੀਆਂ ਭੰਨਣ ਲਈ, ਸਾਰਾ ਕੁਛ ਪੂਰੀ ਮਦਦ ਕਰਦੀ ਹੈ ਜਾਣੀ ਕਿ। ਅਤੇ ਜਾਣੀ ਕਿ ਇੰਨਾ ਤੰਗ ਕੀਤਾ ਹੈ ਕਿ ਹੱਥ ਤੋਂ ਸਭ ਕਹਿ ਨਹੀਂ ਸਕਦੇ, ਸਾਰੇ ਗਲੀ ਮੁਹੱਲਾ ਪੂਰਾ ਹੀ ਪਰੇਸ਼ਾਨ ਹੈ, ਹਰੇਕ ਨੂੰ ਗੰਦੀ ਜਾਣੀ ਕਿ ਗਾਲਾਂ ਕੱਢਦਾ ਜੋ ਸੁਣੀਆਂ ਨਹੀਂ ਜਾ ਸਕਦੀਆਂ। ਮੈਂ ਨਰੂੜ ਪਿੰਡ ਤੋਂ ਜੀ, ਮੇਰੀ ਨਰੂੜ ਪਿੰਡ ਦੁਕਾਨ ਆ ਜੀ, ਜਿਹੜੀ ਮੈਂ 2007 ਵਿੱਚ ਕੀਤੀ ਸੀ, ਉਸ ਤੋਂ ਬਾਅਦ 8-9 ਦੇ ਵਿੱਚ ਉੱਥੇ ਜੀ ਸਰੂਪ ਸਿੰਘ ਨਾਂ ਦਾ ਵਿਅਕਤੀ ਨੇ ਮਕਾਨ ਲਿਆ, ਜਿਹਦਾ ਲੜਕਾ ਗੁਰਪ੍ਰੀਤ ਸਿੰਘ ਹੈ, ਉਹ ਮੈਂਟਲੀ ਡਿਸਟਰਬ ਰਹਿੰਦਾ ਆ, ਔਰ ਜਿਹੜਾ ਪੂਰੇ ਮੁਹੱਲੇ ਨੂੰ 2008-09 ਤੋਂ ਹਰਾਸਮੈਂਟ ਕਰ ਰਿਹਾ ਹੈ, ਗਾਲੀ ਗਲੋਚ ਕਰ ਰਿਹਾ ਆ, ਲੇਡੀਜ਼ ਦੇ ਮਗਰ ਭੱਜਦਾ ਆ, ਲੇਡੀਜ਼ ਨੂੰ ਗੰਦੀ ਬਕਵਾਸ ਕਰਦਾ ਆ। ਮੇਰੇ ਨਾਲ 2015 ਤੋਂ ਇਹਦੇ ਚੱਲ ਰਹੀਆਂ ਦਰਖਾਸਤਾਂ ਚੱਲ ਰਹੀਆਂ, SDM ਸਾਹਿਬ ਦੇ ਪਹਿਲਾਂ ਵੀ ਹੋਈਆਂ, SSP ਸਾਹਿਬ ਦੇ ਵੀ ਹੋਈਆਂ, ਮੈਂ ਜਿਹੜੀਆਂ ਹੁਣ ਅੱਜ ਫਿਰ SDM ਸਾਹਿਬ ਨੂੰ ਦਰਖਾਸਤ ਦਿੱਤੀ ਹੈ ਪੰਚਾਇਤ ਵੱਲੋਂ ਪੂਰੇ ਪਿੰਡ ਵੱਲੋਂ, ਅਤੇ ਨਾਲੋਂ ਮੈਂ ਆਪਣੀਆਂ ਦਰਖਾਸਤਾਂ ਵੀ ਨੱਥੀ ਕੀਤੀਆਂ ਜੀ, ਅਤੇ ਮੈਂ ਚਾਹੁੰਦਾ ਵੀ ਇਸ ਮੈਂਟਲ ਵਿਅਕਤੀ ਨੂੰ ਹੋਸਪਿਟਲ ਦਾਖਲ ਕਰਵਾਇਆ ਜਾਵੇ, ਪਰ ਪੱਕਾ ਕਰਵਾਇਆ ਜਾਵੇ, ਇਹ ਨਹੀਂ ਕਿ 2-4 ਮਹੀਨੇ ਰੱਖ ਕੇ ਫਿਰ ਉਹੀ ਕੰਮ ਕਰੇ ਤਾਂ ਫਿਰ ਉਹ ਆ ਕੇ ਉਹੀ ਭੰਨ ਤੋੜ ਕਰਦਾ ਆ, ਆਲੇ ਦੁਆਲੇ ਬੱਚਿਆਂ ਨੂੰ ਖਤਰਾ ਆ, ਲੇਡੀਜ਼ ਨੂੰ ਬਹੁਤ ਖਤਰਾ ਆ, ਜਾਨ ਮਾਲ ਦਾ ਬਹੁਤ ਜ਼ਿਆਦਾ ਹੀ ਖਤਰਾ ਕਰਦਾ ਹੈ। ਪ੍ਰਸ਼ਾਸਨ ਤੋਂ ਮੰਗ ਰੱਖਦੇ ਹਾਂ ਕਿ ਇਹਨੂੰ ਜੇ ਮੈਂਟਲ ਆ ਤਾਂ ਇਹਦਾ ਇਲਾਜ ਕਰਾਇਆ ਜਾਵੇ, ਅਗਰ ਪੱਕਾ ਕਰਾਇਆ ਜਾਵੇ, ਇਹ ਨਾ ਵੀ 2-4 ਮਹੀਨੇ ਰੱਖ ਕੇ ਵਾਪਸ ਛੱਡਿਆ ਜਾਵੇ ਤਾਂ ਫਿਰ ਉਹੀ ਆ ਕੇ ਹਰਕਤਾਂ ਕਰਦਾ ਹੈ। ਅੱਜ ਮੰਗ ਪੱਤਰ ਕਿਹਨੂੰ ਦਿੱਤਾ ਗਿਆ? ਅੱਜ SDM ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ, ਦਰਖਾਸਤ ਦਿੱਤੀ ਗਈ ਹੈ ਪੂਰੀ ਪੰਚਾਇਤ ਵੱਲੋਂ, ਪੂਰੇ ਨਗਰ ਵੱਲੋਂ। ਅਸੀਂ ਅੱਜ ਇੱਥੇ ਇੱਕ SDM ਸਾਹਿਬ ਨੂੰ ਦਰਖਾਸਤ ਦੇਣ ਆਏ ਹਾਂ ਕਿ ਇੱਕ ਸਾਡੇ ਪਿੰਡ ਦੇ ਵਿੱਚ ਇੱਕ ਜਿੱਦਾਂ ਕਹਿੰਦਾ ਮੈਂਟਲੀ ਡਿਸਟਰਬ ਬੰਦਾ ਰਹਿੰਦਾ ਆ, ਉਹਦੀ ਫੈਮਿਲੀ ਉਹਦੀ ਸਪੋਰਟ ਕਰਦੀ ਆ, ਉਹਦੇ ਤੋਂ ਕਾਫੀ ਜਾਨ ਮਾਲ ਦਾ ਖਤਰਾ ਬਲਾਕੀਆਂ ਨੂੰ ਵੀ ਆ, ਕਈ ਵਾਰੀ ਉਹ ਇਹੋ ਜਿਹੇ ਹਾਦਸੇ ਹੋ ਚੁੱਕੇ ਆ ਕਿ ਕੋਠੇ ਚੜ੍ਹ ਕੇ ਇੱਟਾਂ ਵੀ ਮਾਰਦਾ ਆ, ਅਤੇ ਆਲੇ ਦੁਆਲੇ ਰਾਤ ਨੂੰ ਨਿਕਲ ਕੇ 1-2 ਵਜੇ ਭੰਨ ਤੋੜ ਕਰਦਾ ਆ, ਕਦੀ ਉੱਚੀ ਗਾਣੇ ਲਾ ਦਿੰਦਾ, ਕਦੀ ਗਾਲਾਂ ਕੱਢਦਾ, ਬਹੁਤ ਗਲਤ ਗੱਲਾਂ ਕਰਦਾ ਆ। ਕਿ ਉਸ ਚੀਜ਼ ਦੀਆਂ ਦਰਖਾਸਤਾਂ ਕਾਫੀ ਟਾਈਮ ਤੋਂ ਦੇ ਰਹੇ ਹਾਂ, ਲਗਭਗ 8-9 ਸਾਲ ਹੋ ਗਏ ਨੇ, ਪਹਿਲਾਂ ਪੁਲਿਸ ਚੌਂਕੀ ਦੇ ਉੱਤੇ 15 ਤੋਂ ਲਗਾਤਾਰ SDM ਆਫਿਸ ਦੇ ਰਹੇ ਹਾਂ ਦਰਖਾਸਤਾਂ, ਪਰ ਉਸ ਚੀਜ਼ ਦੀ ਸੁਣਵਾਈ ਨਹੀਂ ਹੋ ਰਹੀ। ਸੁਣਵਾਈ ਨਾ ਹੋਣ ਦਾ ਕਾਰਨ ਇਹ ਹੈ ਕਿ ਉਸਦੇ ਜੋ ਅੱਗੇ ਰਿਸ਼ਤੇਦਾਰ ਨੇ ਉਹ
काफ़ी उच्ची पोस्ट से पुलिस विभाग के ने जो उस चीज जो भी साड़ियाँ दरखास्तों होंगे ने उन्होंने बाद पेंडिंग करवा देने या स्टॉल करवा देंगे ने कुछ दिन लिए उन्होंने हॉस्पिटल भेज दिता जाता है बाद वापस फिर वो पिंड आ जाता पिंड आ के फिर उही रूटीन चल पैंता है आले दुआले भन्न तोड़ करता है इट्टा मारता है और किसी को भी जान माल का खतरा हो सकता है। उस व्यक्ति का नाम की है जी? गुरप्रीत सिंह है जी। ਤੇ ਕਿਹੜੇ ਪਿੰਡ ਤੋਂ ਬਾਜੀ? ਉਹ ਪਿੱਛੇ ਪਹਿਲਾਂ ਮਿਲਣ ਦਾ ਉਹਨਾਂ ਦਾ ਪਿੰਡ ਰਿਹਾਣਾ ਜੱਟਾਂ ਸੀਗਾ ਉਹ ਬਘਾਣਾ ਸੀਗਾ ਰਿਹਾਣਾ ਜੱਟਾਂ ਰਹਿੰਦੇ ਸੀਗੇ ਹੁਣ ਮਤਲਬ ਲਗਭਗ 10 ਸਾਲ ਤੋਂ ਉੱਪਰ ਹੋ ਗਏ ਉਹਨਾਂ ਨੇ ਸਾਡੇ ਪਿੰਡ ਮਕਾਨ ਲਿਆ ਹੈ ਤਾਂ ਉਹਦੇ ਵਿੱਚ ਰਿਹਾਇਸ਼ ਕਰ ਰਹੇ ਨੇ। ਕਿੰਨੀ ਕੁ ਦੇਰ ਹੋ ਗਈ ਪਰੇਸ਼ਾਨੀ ਦਾ ਸਾਹਮਣਾ? ਪਰੇਸ਼ਾਨੀ ਲਗਭਗ 2011-12 ਤੋਂ ਲਗਾਤਾਰ ਚੱਲ ਰਹੀ ਹੈ ਜੀ। ਅੱਜ ਕੋਈ ਉੱਚ ਅਧਿਕਾਰੀ ਨੂੰ ਮੰਗ ਪੱਤਰ ਵਗੈਰਾ? ਪਹਿਲਾਂ ਬਹੁਤ ਦੇ ਚੁੱਕੇ ਹਾਂ ਜੀ, SDM ਸਾਹਿਬ ਦੀਆਂ ਨਾਲ ਨੱਥੀ ਕਰਕੇ ਦਿੱਤੀਆਂ ਉਹਨਾਂ ਨੂੰ ਅੱਜ, ਪਰ ਉਹਨਾਂ ਨੇ ਜੋ ਅੱਜ ਉਹਨਾਂ ਨੂੰ ਅਸੀਂ ਦਰਖਾਸਤ ਦਿੱਤੀ ਹੈ ਉਹਨਾਂ ਨੇ DSP ਸਾਹਿਬ ਨੂੰ ਮਾਰਕ ਕਰ ਦਿੱਤੀ ਹੈ, ਉਹ ਕਹਿੰਦੇ ਜੋ ਵੀ ਆ ਤੁਹਾਡੀ ਬਣਦੀ ਕਾਰਵਾਈ ਸਾਡੇ ਵੱਲੋਂ ਕਰਵਾਈ ਜਾਊਗੀ। ਇਸ ਚੀਜ਼ ਦਾ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ, ਪਰ ਸਾਨੂੰ ਥੋੜ੍ਹੀ ਜਿਹੀ ਹਜੇ ਤੱਕ ਪਹਿਲਾਂ ਨਿਰਾਸ਼ਾ ਮਿਲੀ ਹੈ, ਪਰ ਇਸ ਵਾਰ ਉਮੀਦ ਰੱਖਦੇ ਹਾਂ ਕਿ ਸਾਨੂੰ ਜੋ ਸਾਨੂੰ ਬਣਦਾ ਇਨਸਾਫ ਦਿੱਤਾ ਜਾਊਗਾ ਤਾਂ ਉਸ ਬੰਦੇ ਨੂੰ ਹਸਪਤਾਲ ਭੇਜਿਆ ਜਾਊਗਾ ਉਹਦੇ ਇਲਾਜ ਲਈ।